ਚੜਾਈ ਹੈ ਜੱਟ ਦੀ ਆ ਨਹੀਂ ਚੜਾਈ ਹੈ ਭਰਾਵਾ ਮੇਰਾ ਨਾਇਆ ਨਹੀਂ ਦੋ ਦਿਨ ਹੋ ਗਏ ਅਸੀਂ ਫਿਰ ਰਿਹਾ ਸੀ ਆ ਜਾਓ ਜੇ ਕਿਸੇ ਨੇ ਕੋਈ ਮਕਾਮ ਹਾਸਲ ਕੀਤਾ ਤੇ ਇਧਰ ਆਸ਼ੁਰੀ ਕੀਤਾ ਹੋਇਆ ਨਾ ਨਾ ਹੋਇਆ ਨਹੀਂ ਮਤਾਂ पैसे मैं देते जी अल तुसी नहीं उधर दा नंबर लिया इत्थे बहुत शौक है कईयां नूं अपने नाम दा मैं हां हैगे मेरे कोल ओके आ देखो लिया होए मैं ले बस अरे नंबर दा फलाना है देखो आशु ने अपने नाम ते ही नंबर ले लिया ए कदों फिर नंबर प्लेट चेंज करवा ले जद मन जे टाइम नहीं मिलदा ले प्रॉपर्टी है ना हां जी यहां और गार्डन जी में एक्सटेंशन होके सारा तोड़ के बनाउण वाला पराया अच्छा इन्नू भी अग्गे वधाना है अंदरों बारो धो दी है तीन चार जने लग गए टावर बने हुए थे ना तो यहाँ देखो इधर ओ टू रिनास वर्ल्ड फेमस ड्राइव ऑफ और सामने की स्टेडियम है ओ टू रिना है जो जिते वर्ल्ड के जिन्ने उत्थे कॉन्सर्ट होंदे ने उरे होंदे ने ओके माइकल जैक्सन वगैरह हो जिते हर को सारा आ गया चिम्मा गया अपना नीचे बहुत पॉश एरिया है एयरपोर्ट भी नेड़ी इत्थे है ना हां जी सिटी एयरपोर्ट है तुसी लाइट तो नहीं पार्क पर वो ला रहे हैं पार्किंग की अपना फ्लैट ऐसी है 6 फ्लोर अच्छा ये देचे है सेम ही ने टावर जे खड़े हुए ने ना चलिए ओला कहूला 1 ਇਹ ਕਿੱਥੇ ਜਾਂਦੇ ਆ ਆ ਵਾਇਰ ਵਾਲੇ ਉਹ ਟੂਰਿਨਾ ਅੱਛਾ ਉਹ ਉਹ ਟੂਰਿਨਾ ਚ ਜਾ ਰਹੇ ਨੇ ਹੈ ਇੱਧਰ ਸਾਰਾ ਰਿਵਰ ਆ ਗਿਆ ਓਕੇ ਹਾਂ ਰਿਵਰ ਆ ਗਿਆ ਬਹੁਤ ਸੋਹਣੇ ਏਰੀਆ ਚ ਹੈ ਘਰ ਬਹੁਤ ਸੋਹਣੇ ਏਰੀਆ ਚ ਹੈ ਨਹੀਂ ਨਹੀਂ ਤਾਂ ਇਹ ਮਤਲਬ ਨਿਕਲਿਆ ਉੱਤਰ ਕਿਰਾਏ ਤੇ ਦੇਣ ਰੱਖੇ ਹੋਏ ਨੇ ਮੈਂ ਓਕੇ ਆਪਣੀ ਮੈਂ ਵੀ ਜਗ੍ਹਾ ਤੇ ਰਹਿੰਦਾ ਸ਼ਾਇਦ ਆਪਣੀ ਚਾਬੀ ਅਪ੍ਰੈਲ ਚ ਮਿਲ ਜੂਗੀ ਜਿਹੜਾ ਉਹਨੂੰ ਮੈਂ ਦਿਖਾ ਰਿਹਾ ਸੀ ਆਪਾਂ ਨੂੰ बहुत जबरदस्त सिक्योरिटी है इन्होंने भाई मैं बहुत जबरदस्त सिक्योरिटी है फ्लैट नहीं जा रूम नहीं फ्लैट नहीं साडे जी वन बेडरूम फ्लैट नहीं अच्छा जने स्टूडियो टाइप ना ओके वाओ व्हाट अ व्यू सामने रिवर आ गई ना लुक्सिंग
full of lights. And that's the flag. There's one the one in the parade. ਇਹ ਸਾਰੇ ਇੱਕੋ ਜਿਹੇ ਨੇ ਕਿਹੜੇ ਦੇ ਵਿੱਚ ਜਿਹੜੇ ਚ ਲਾਈਟਾਂ ਜਗਰੀਆਂ ਨੇ ਨਹੀਂ ਆਪਣਾ ਹੈਗੇ ਆ ਜਿੱਥੇ ਉਹ ਕਾਰ ਖੜੀ ਐਕਚੁਅਲੀ ਨਹੀਂ ਉਹ ਪਿੱਛੇ ਹੀ ਜਾਓ ਮਿਡਲ ਚ ਹੈ ਜਿੱਥੇ ਉਹ ਵਾਈਟ ਕਾਰ ਖੜੀ ਜਾਂਦੀ ਹਾਂਜੀ ਉਹ ਸਭ ਤੋਂ ਉੱਪਰਲਾ ਜਾਨੀ ਜਿਹੜਾ ਸਭ ਤੋਂ ਉੱਚੀ ਹਾਈਟ ਹੈ ਉਹ ਆਪਣਾ ਬਟ ਦ ਗੁੱਡ ਥਿੰਗ ਅਬਾਊਟ ਦੈਟ ਫਲੈਟ ਆਪਣਾ ਜਿਹੜਾ ਉਹ ਨਹੀਂ ਹੈਗੇ ਉਧਰੋਂ ਯੂ ਕੈਨ ਸੀ ਇਹ ਬਿਲਡਿੰਗ ਅੱਛਾ ਉੱਥੋਂ ਵੀ ਦਿਸਦਾ ਇਸੇ ਤਰੀਕੇ ਉੱਥੋਂ ਜ਼ਿਆਦਾ ਦਿਖਦਾ ਬੈਟਰ ਦਿਖਦਾ ਕਵਰ ਅਪ ਹੋ ਗਿਆ ਉੱਥੋਂ ਸਾਰਾ ਦਿਖਦਾ ਆਪਣੀ ਜਿਹੜੀ ਬਿਲਡਿੰਗਸ ਨਹੀਂ ਸ਼ਾਰਟ ਸੈਂਟਰ ਦੀਆਂ ਸਾਰੀਆਂ ਤੁਹਾਨੂੰ ਦਿਖਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਇਹ ਰਿਵਰ ਦਾ ਨਾਮ ਕੀ ਹੈ ਥੇਮਸ ਹੀ ਹੈ ਐਕਚੁਅਲੀ ਆਮ ਵੈਰੀ ਬੈਡ ਇਹ ਚੀਜ਼ਾਂ ਤੇ ਮੈਂ ਨਹੀਂ ਉਸ ਦਿਨ ਥੱਲਿਓ ਲੰਘ ਕੇ ਆਏ ਸੀ ਨਾ ਮੈਂ ਤੂੰ ਵੀ ਦੱਸ ਗਿਆ ਮਨ ਕਰੇ ਦੇ ਕੰਮ ਮੈਨੂੰ ਪਤਾ ਓਕੇ ਇਹ ਆਪਣੇ ਫਲੈਟ ਓਕੇ ਸੈਂਟਰ ਸਾਰਾ ਵੀ ਉਰੇ ਕਵਰ ਇਹ ਦੋ ਦੂਜੇ ਫਲੈਟ ਤੋਂ ਹਾਂ ਉਰੇ ਤੋਂ ਤਾਂ ਕਵਰ ਅਪ ਹੋ ਜਾਂਦਾ ਹਾਂ ਉਹ ਅੰਦਰ ਬਿਲਡਿੰਗ ਸਾਰੀਆਂ ਲਾਈਟਸ ਹੁੰਦੀਆਂ ਨੇ ਸੋਹਣਾ ਵੀ ਆ ਥੇਮਸ ਰਿਵਰ ਚੱਲ ਰਹੀ ਹੈ ਨਾਲ ਨਾਲ ਡਰਾਈਵਿੰਗ ਤੁਹਾਡੀ ਵੀ ਰਾਸ਼ਾ ਕਾਫੀ ਹੈ ਹਾਂ ਡਰਾਈਵਿੰਗ ਕਾਫੀ ਰਾਸ਼ਾ ਤੁਹਾਡੀ ਨਹੀਂ ਉਹ ਪਾਪਾ ਵੀ ਆਗੇ ਥੋੜੀ ਬੋਤੀ ਹੈ ਨਾਰਮਲੀ ਤਾਂ ਲਾਈਕ ਆਈ ਡੋਨਟ ਡਰਾਈਵ ਅੱਛਾ ਇਨ ਦ ਬਿਗਨਿੰਗ ਆਈ ਗਾਟ 0.6 ਪੁਆਇੰਟਸ ਨਾ ਆਮ ਵੈਰੀ ਕੇਅਰਫੁਲ ਸਮਝੋ ਸੈਂਟਰਲ ਹੀ ਹੈ ਇੱਕ ਨੈਰੀ ਵੋਫ ਸੈਂਟਰ ਥੋੜਾ ਜਿਹਾ ਬਾਹਰ ਹੈ ਬਟ ਇਹ ਸਭ ਤੋਂ ਵੱਡੀ ਇਸ ਤੋਂ ਵੱਡੀ ਬਿਲਡਿੰਗ ਨਹੀਂ ਹੈ ਓਕੇ ਇਹ ਸਾਰੀਆਂ ਮੇਨ ਨੈਰੀ ਵੋਫ ਦੀਆਂ ਬਿਲਡਿੰਗਸ ਟਾਵਰ ਬ੍ਰਿਜ ਵਗੈਰਾ ਇੱਥੇ ਹੀ ਹਨ ਬਿਲਡਿੰਗਸ ਨੇ ਜਿੱਥੇ ਆਪਣੇ ਘਰ ਤੋਂ ਅਪੋਜ਼ਿਟ ਓਕੇ ਓਕੇ ਇਹ ਵੀ ਅੰਡਰਗਰਾਉਂਡ ਪਾਸ ਹੈ ਪਾਥ ਹੈ ਹਾਂਜੀ ਉੱਪਰ ਰੋਡ ਹੈ ਅੱਛਾ ਮੈਂ ਕਿਤੇ ਨਦੀ ਲੰਘ ਰਹੀ ਆ ਉਹ ਵੀ ਨਾ ਕਿਤੇ ਇੱਥੇ ਹੀ ਲੰਘ ਰਹੀ ਮੈਨੂੰ ਉਹ ਜਿਹੜੀ ਵੀਡੀਓ ਦੇਖੀ ਸੀ ਉਹ ਮੈਨੂੰ ਮੈਨੂੰ ਪਤਾ ਨਹੀਂ ਬਈ ਉਹ ਤੋਂ ਨਦੀ ਹੈ ਨੰਨਾ ਉਰ ਤਾਂ ਪਤਾ ਹੈ ਰੋਡ ਹੈ ਓਕੇ ਹੁੰਦਾ ਮਨ ਕਰੇ ਤੇ ਨੂੰ ਚੀਜ਼ ਤਾਂ ਹੋਵੇ ਹਣ ਨੂੰ ਜਾਮ ਲੱਗਾ ਹੋਇਆ ਨਾ ਟਾਵਰ ਆਫ ਲੰਡਨ ਦੇ ਸਾਹਮਣੇ ਦਿਸ ਇਜ਼ ਟਾਵਰ ਇਸ ਨੂੰ ਕਹਿੰਦੇ ਨੇ ਬਿਲ ਲੰਡਨ ਇਹ ਲੰਡਨ ਆਈ ਕਿੰਨਾ ਟਾਈਮ ਦੇ ਵਿੱਚ ਰਾਉਂਡ ਲਾਉਂਦੀ ਹੈ 10 ਮਿੰਟਾਂ ਜਿਹਾ ਲੱਗਦਾ ਅੱਛਾ ਬਿਊਟੀਫੁਲ ਵਿਊ ਹੈ ਨਾਲ ਨਾਲ ਜਾ ਰਹੀ ਹੈ ਥੇਮਸ ਰਿਵਰ ਸਾਹਮਣੇ ਦਿਸ ਰਿਹਾ ਲੰਡਨ ਆਈ ਵਾਟਾ ਵਿਊ ਬਾਬੇ ਇਹ ਹੈ ਜੀ ਪਿਕਾਡਲੀ ਸਰਕਸ ਦਾ ਏਰੀਆ ਸੈਂਟਰਲ ਲੰਡਨ ਟ੍ਰੈਫਿਕ ਬਹੁਤ ਹੈ ਇੱਥੇ ਨਾ ਮੈਂ ਇਸ ਟਾਈਮ ਪਹੁੰਚਿਆ ਹੋਇਆ ਵਾਂ ਸੈਂਟਰ ਲੰਡਨ ਦਾ ਏਰੀਆ ਮੇਰੇ ਪਿੱਛੇ ਅਤੇ ਲੰਡਨ ਬ੍ਰਿਜ ਵਗੈਰਾ ਵੱਲ ਸ਼ਾਇਦ ਇੱਕ ਦੋ ਦਿਨਾਂ ਬਾਅਦ ਜਾਵਾਂਗਾ ਅਤੇ ਪਿਕਾਡਲੇ ਸਰਕਲ ਚੱਲਦੇ ਹਾਂ ਉਹ ਏਰੀਆ ਦੇਖਦੇ ਹਾਂ ਆਪਾਂ ਬਹੁਤ ਸੋਹਣਾ ਸੈਂਟਰ ਲੰਡਨ ਦਾ ਬਹੁਤ ਸੋਹਣਾ ਜਿਹੜੀ ਅੱਜ ਤੱਕ ਆਪਾਂ ਫਿਲਮਾਂ 'ਚ ਦੇਖਦੇ ਰਹੇ ਹਾਂ ਨਾ ਉਹੀ ਏਰੀਆ 'ਚ ਹੁਣ ਪਹੁੰਚੇ ਚਲੋ ਆਪਾਂ ਵੀ ਦੇਖਦੇ ਨਾਲੇ ਤੁਸੀਂ ਵੀ ਦੇਖਿਓ ਹੈ ਨਾ
ਕੀ ਸਿਫਤ ਕਰੀਏ ਬਾਈ ਇਹਨਾਂ ਦੀ, ਇੰਨੀਆਂ ਬਿਊਟੀਫੁਲ ਲੋਕੇਸ਼ਨ ਆ। ਸੈਂਟਰਲ ਲੰਡਨ ਦਾ ਏਰੀਆ, ਸਫਾਈਆਂ ਤਾਂ ਚਲੋ ਹੈ ਹੀ ਨਹੀਂ ਇੱਥੇ, ਐਵੇਂ ਥੋੜ੍ਹੀ ਪੂਰੀ ਦੁਨੀਆ ਦਾ ਟੂਰਿਸਟ ਆਉਂਦਾ ਇਹ ਚੀਜ਼ਾਂ ਦੇਖਣ ਵਾਸਤੇ। ਠੰਡ ਬਹੁਤ ਜ਼ਿਆਦਾ, ਮਾਈਨਸ ਟੈਂਪਰੇਚਰ। ਕਾਰ 'ਚ ਨਿਕਲ ਕੇ ਆਇਆ, ਉੱਥੇ ਹੀਟਰ ਸੀ, ਹੁਣ ਬਾਹਰ ਬਹੁਤ ਠਰੂ 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 ਸਮੈਕ ਸਨੋ ਪੀਕ। ਇਹ ਏਰੀਆ ਪਕਾਟਲੀ ਸਰਕਸ ਦਾ, ਸਕਰੀਨ ਦੇਖੋ ਸਾਹਮਣੇ ਕਿੱਡੀ ਵੱਡੀ ਹੈ। ਵਾਓ, ਪਕਾਟਲੀ ਲਾਈਨ, ਵਿਜ਼ਿਟਰ ਸੈਂਟਰ, ਬੇਕਰ ਲਾਈਨ। ਇਹ ਹੈ ਜਗ੍ਹਾ ਵਰਲਡ ਫੇਮਸ ਪਿਕਾਟਲੀ ਸਰਕਸ ਦਾ ਏਰੀਆ, ਉਹਦੀ ਕਰਾਊਡਡ ਭਰ ਗਿਆ ਏਰੀਆ ਬਹੁਤ ਜ਼ਿਆਦਾ। ਆ ਰੀਜਨ ਸਟਰੀਟ ਆਉਂਦਾ ਮਜ਼ਾ ਦੇਖ ਕੇ। ਲਹਿਕ ਤਾਂ ਵਾਰ ਵਾਰ ਇੱਥੇ ਨਾ ਬੱਤੀ ਬੜੀ ਹੋ ਜਾਂਦੀ ਹੈ, ਪੈਦਲ ਵੀ ਨਹੀਂ ਕ੍ਰੋਸ ਕਰ ਸਕਦੇ। ਬਹੁਤ ਯਾਰ ਬਿਊਟੀਫੁਲ ਲੋਕੇਸ਼ਨ, ਆ ਜਾਓ ਨਾ। ਬੈਲਾਂ ਵੱਜ ਰਹੀਆਂ ਨੇ ਬਲਦਾਂ ਦੀਆਂ, ਕਿਸਾਨ ਜੀ ਚਲਾ ਰਹੇ ਨੇ। ਇੰਡੀਅਨ ਵੀ ਬਹੁਤ ਨੇ, ਇੰਡੀਅਨ ਵੀ ਬਹੁਤ ਨੇ। ਹਾਂ ਥੋੜ੍ਹਾ ਓਡੈਨ ਓਡੈਨ ਮਿਸਟਰ ਵਾਈਟਸ। ਯਾਰ ਮੈਨੂੰ ਨਾ ਠੰਡ ਵੀ ਕੁਛ ਨਹੀਂ ਬੋਲਣ ਦੇ ਰਹੀ, ਬਹੁਤ ਜ਼ਿਆਦਾ ਠੰਡ ਆਈ ਪਈ ਹੈ, ਬਹੁਤ ਜ਼ਿਆਦਾ। ਯੈਸ ਬ੍ਰੋ, ਇੱਧਰ ਲੱਗਾ ਹੋਇਆ ਚਮਕੀਲਾ। ਚਾਈਨੀਜ਼ ਐਵਰੀਵੇਅਰ, ਚਾਈਨਾ ਟਾਊਨ, ਚਾਂਦਨੀ ਚੌਂਕ ਟੂ ਚਾਈਨਾ, ਦੇਖਾ ਹੈ ਤੂਨੇ। Yesterday someone stole my bag. ਵਿਚਾਰੇ ਪੀਜ਼ਾ ਡਿਲੀਵਰੀ ਵਾਲਿਆਂ ਦਾ ਬੈਗ ਚੋਰੀ ਕਰਕੇ ਲਿਆ ਗਿਆ ਕਈ ਵਾਰ ਆਉਂਦਿਆਂ, ਕਹਿੰਦਾ ਕੱਲ੍ਹ ਮੇਰਾ ਬੈਗ ਚੋਰੀ ਹੋ ਗਿਆ ਸੀ। ਬੰਦਾ ਜੋ ਉੱਡ ਰਿਹਾ ਪਤਾ ਨਹੀਂ ਕਿਉਂ ਉੱਡ ਰਿਹਾ, ਵਾਜਾ ਬਣਿਆ ਹੋਇਆ। ਲੋਕੇਸ਼ਨ ਬਾਬੇ ਬਹੁਤ ਸੋਹਣੀ ਹੈ, ਦੁਨੀਆ ਵੀ ਬਹੁਤ ਸੋਹਣੀ ਹੈ, ਇੱਧਰ ਸਾਡਾ ਯਾਰ ਵੀ ਬਹੁਤ ਸੋਹਣਾ ਹੈ। ਨਹੀਂ ਸਾਡੇ ਯਾਰ ਦੀ ਜੋੜੀ ਵੀ ਬਹੁਤ ਸੋਹਣੀ ਆ। ਲੰਘ ਰਹੇ ਆਪਾਂ ਟਾਵਰ ਬ੍ਰਿਜ ਨੂੰ, ਫਸਟ ਟਾਈਮ ਲਾਈਫ ਦੇ ਵਿੱਚ।